ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉੜੀ ਢਾਏ ਜਾਣ ਦੇ ਮਾਮਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਸ਼ੀਆਂ ਵਿਰੁੱਧ ਸਖ਼ਤ ਰੁੱਖ ਅਖਤਿਆਰ ਕਰਦਿਆਂ ਇਸ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਆਪਹੁਦਰੀ ਕਾਰਵਾਈ ਕਰਾਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਸ ਪੁਰਾਤਨ ਦਰਸ਼ਨੀ ਡਿਉੜੀ ਸੰਬੰਧੀ ਫਿਲਹਾਲ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਸੀ। ਉਹਨਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਇਸ ਦਰਸ਼ਨੀ ਡਿਉੜੀ ਦੀ ਕਾਰ ਸੇਵਾ ਸੰਬੰਧੀ ਸੰਗਤਾਂ ਵੱਲੋਂ ਇਤਰਾਜ਼ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ 'ਤੇ ਰੋਕ ਲਗਾ ਦਿੱਤਾ ਸੀ। ਅਤੇ ਪਾਬੰਦੀ ਲਾ ਦਿੱਤੀ ਸੀ, ਉਹ ਮਾਮਲਾ ਪੈਂਡਿੰਗ ਕਰ ਦਿੱਤਾ ਗਿਆ ਸੀ। ਮਤਾ ਨੰਬਰ 765 ਮਿਤੀ 18/10/2018 ਰਹੀ। ਪਰ ਬੜੀ ਬਦਸਮਤੀ ਦੀ ਗੱਲ ਹੈ ਕਿ ਅੱਜ ਰਾਤ ਹਨੇਰੇ ਵਿੱਚ ਇਹ ਕਾਰਵਾਈ ਜਿਹੜੀ ਕੀਤੀ ਗਈ, ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਭਾਰੀ ਠੇਸ ਪਹੁੰਚੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹਨਾਂ ਬਾਬਿਆਂ ਵੱਲੋਂ ਇਹ ਸਿੱਧੀ ਦਖਲਅੰਦਾਜ਼ੀ ਕੀਤੀ ਗਈ ਆ। ਇਹ ਇਉਂ ਮਹਿਸੂਸ ਹੁੰਦਾ ਕਿ ਜਿਵੇਂ ਕਿਸੇ ਗਹਿਰੀ ਸਾਜ਼ਿਸ਼ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਨਵਾਂ ਵਿਵਾਦ ਪੈਦਾ ਕਰਨ ਵਾਸਤੇ ਕੀਤਾ ਗਿਆ ਹੋਵੇ। ਇਸ ਕਰਕੇ ਹੀ ਮਾਨਯੋਗ ਪ੍ਰਧਾਨ ਸਾਹਿਬ ਨੇ ਤੁਰੰਤ ਐਕਸ਼ਨ ਲੈਂਦੇ ਆ, ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨੂੰ ਮੁਅੱਤਲ ਕਰ ਦਿੱਤਾ ਵਾ, ਅਤੇ ਜਿਹੜੀ ਕਾਰ ਸੇਵਾ ਵਾ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਦੀ, ਉੱਤੇ ਪਾਬੰਦੀ ਲਾ ਦਿੱਤੀ ਆ। ਉੱਥੋਂ ਕਾਰ ਸੇਵਾ ਜਿਹੜੀ ਆ ਵਾਪਸ ਲੈ ਲਈ ਆ ਤਰਨ ਤਾਰਨ ਦੀ ਸਮੁੱਚੇ ਪ੍ਰਬੰਧ ਦੀ, ਅਤੇ ਉੱਥੇ ਜਿਹੜੀਆਂ ਇਹਨਾਂ ਦੀਆਂ ਗੋਰਖਾਂ ਵੀ ਲੱਗੀਆਂ ਸੀ ਉਹ ਵੀ ਬੰਦ ਕਰਾ ਦਿੱਤੀਆਂ ਗਈਆਂ ਨੇ। ਇਸ ਮਾਮਲੇ ਦੀ ਘੋਖ ਕਰਨ ਲਈ, ਪੜਤਾਲ ਕਰਨ ਲਈ ਮਾਨਯੋਗ ਪ੍ਰਧਾਨ ਸਾਹਿਬ ਨੇ ਮੈਂਬਰ ਸਾਹਿਬਾਨ ਦੀ ਇੱਕ 3 ਮੈਂਬਰੀ ਕਮੇਟੀ ਬਣਾਈ ਆ, ਨਾਲ ਦੀ ਨਾਲ ਦਫ਼ਤਰੀ ਤੌਰ 'ਤੇ ਵਿਭਾਗੀ ਪੜਤਾਲ ਕਰਨ ਲਈ ਅਸੀਂ ਇੱਕ ਦਫ਼ਤਰੀ ਅਧਿਕਾਰੀਆਂ ਦੀ ਟੀਮ ਵੀ ਭੇਜੀ ਆ। ਜਿਹੜੀ ਸਮੁੱਚੀ ਪੜਤਾਲ ਆ ਉਹ ਆਉਣ 'ਤੇ ਮਾਨਯੋਗ ਪ੍ਰਧਾਨ ਸਾਹਿਬ 'ਤੇ ਪੇਸ਼ ਕੀਤੀ ਜਾਵੇਗੀ, ਜਿਹੜਾ ਵੀ ਦੋਸ਼ੀ ਹੋਏਗਾ। ਕਿਉਂਕਿ ਕਿਸੇ ਵੀ ਅਧਿਕਾਰੀ ਕਿਸੇ ਵੀ ਮੈਂਬਰ ਦੇ ਨੋਟਿਸ ਵਿੱਚ ਲਿਆਉਣ ਤੋਂ ਬਿਨਾਂ ਇਹ ਕਾਰਾ ਕੀਤਾ ਗਿਆ ਵਾ। ਅਦਰਵਾਈਜ਼ ਜਿੰਨੀਆਂ ਵੀ ਸੇਵਾਵਾਂ ਸ਼ੁਰੂ ਹੁੰਦੀਆਂ ਨੇ ਉਹਨਾਂ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ, ਸਿੰਘ ਸਾਹਿਬਾਨ, ਦਫ਼ਤਰ ਦੇ ਅਧਿਕਾਰੀ, ਸਕੱਤਰ, ਪ੍ਰਬੰਧਕ ਹਾਜ਼ਰ ਹੁੰਦੇ ਨੇ, ਪਰ ਇਹ ਰਾਤ ਦਾ ਇਹਨਾਂ ਨੇ ਅਨੋਖਾ ਕਾਰਜ ਕਾਰਾ ਕੀਤਾ, ਉਹਦੀ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਤਰਨ ਤਾਰਨ ਦੀ ਸੇਵਾ ਦਿੱਤੀ ਗਈ ਸੀ ਬਾਬਾ ਜਗਤਾਰ ਸਿੰਘ ਜੀ ਨੂੰ, ਉਹ ਵਾਪਸ ਲੈ ਲਈ ਗਈ ਆ। ਮੈਨੇਜਰ ਨੂੰ ਮੁਅੱਤਲ ਕਰਕੇ ਵਿਭਾਗੀ ਪੜਤਾਲ ਜਿਹੜੀ ਅਸੀਂ ਕਰਵਾ ਰਹੇ ਹਾਂ। ਪਰਚਾ ਦਰਜ ਕਰਾਇਆ ਜਾਏਗਾ ਜੀ ਇਹਦੇ 'ਤੇ? ਨਹੀਂ, ਪਰਚੇ ਦਾ ਮਾਮਲਾ ਨਹੀਂ ਹੈਗਾ, ਅਸੀਂ ਪਹਿਲਾਂ ਪੜਤਾਲ ਕਰਵਾ ਰਹੇ ਹਾਂ। ਕਿਉਂਕਿ ਇਹ ਸਾਡਾ ਅੰਦਰੂਨੀ ਮਾਮਲਾ ਵਾ, ਅਤੇ ਉੱਥੇ ਜਿਹੜੀ ਪੜਤਾਲ 'ਚ ਜਿਹੜਾ ਵੀ ਦੋਸ਼ੀ ਆਏਗਾ ਉੱਥੇ ਕਾਰਵਾਈ ਕੀਤੀ ਜਾਏਗੀ। ਨਹੀਂ, ਮੁਅੱਤਲ ਕੀਤਾ ਗਿਆ, ਸਸਪੈਂਡ ਮੁਅੱਤਲ ਇੱਕ ਸ਼ਬਦ ਹੀ ਹੁੰਦਾ, ਮੁਅੱਤਲ ਕਰਕੇ ਉਹਦਾ ਹੈੱਡਕੁਆਰਟਰ ਵੀ ਜਿਹੜਾ ਜੀਂਦ ਬਣਾ ਦਿੱਤਾ ਗਿਆ। ਨਹੀਂ, ਇਹਦਾ ਮਤਲਬ ਇਹ ਹੈ ਕਿ ਜੋ ਰਾਤ ਵਾਪਰਿਆ ਇਹਦਾ ਮਤਲਬ ਕੋਈ ਵੀ ਮੈਨੇਜਰ ਰਾਤ ਦੇ ਹਨੇਰੇ ਜੋ ਮਰਜ਼ੀ ਕਰ ਜੇ ਉਹਦੇ 'ਤੇ ਅਗਰ ਪਰਚਾ ਦਰਜ ਨਹੀਂ ਕਰਾਉਂਦੇ ਫਿਰ ਮੁਅੱਤਲੀ ਕੀ ਹੈ? ਮੁਅੱਤਲੀ ਦੇ ਬਹਾਲੀ ਹੋ ਜਾਣੀ ਹੈ ਮਹੀਨੇ ਬਾਅਦ। ਸਭ ਤੋਂ ਪਹਿਲਾਂ ਜਿਹੜਾ ਵਿਭਾਗੀ ਕਾਰਵਾਈ ਹੁੰਦੀ ਹੈ, ਕਿਸੇ ਵੀ ਮੁਲਾਜ਼ਮ ਨੂੰ ਸਿੱਧਾ ਅਸੀਂ ਕੁਛ ਨਹੀਂ ਕਰ ਸਕਦੇ, ਉਹ ਅਸੀਂ ਪੜਤਾਲ ਕਰਵਾ ਰਹੇ ਹਾਂ। ਜਿਹੜਾ ਦੋਸ਼ੀ ਹੋਏਗਾ ਉੱਥੇ ਜਿਸ ਨੂੰ ਪਰਚਾ ਦਰਜ ਕਰਾਉਣ ਦੀ ਲੋੜ ਪਈ ਤਾਂ ਪਰਚਾ ਵੀ ਦਰਜ ਕਰਾਵਾਂਗੇ। ਪਰ ਇਸ ਵੇਲੇ ਜਿਹੜਾ ਫੋਰਨ ਐਕਸ਼ਨ ਲੈਣਾ ਹੁੰਦਾ ਨਾ, ਉਹ ਬਹੁਤ ਜ਼ਰੂਰੀ ਹੁੰਦਾ ਕਿ ਸੰਬੰਧਿਤ ਨੂੰ ਮੁਅੱਤਲ ਕਰਕੇ ਉਹਦਾ ਹੈੱਡਕੁਆਰਟਰ ਜੀਂਦ ਵਿੱਚ ਬਣਾ ਦਿੱਤਾ ਗਿਆ। ਇਸ ਵਕਤ ਉੱਥੇ ਕੀ ਪਿੱਛੇ ਸਾਰੀ ਅਸੀਂ ਉੱਥੇ ਜਾ ਰਹੇ ਹਾਂ, ਸਾਰੀ ਨਹੀਂ ਢਹਿ ਢੇਰੀ ਹੋਈ, ਉੱਪਰਲੇ ਜਿਹੜੇ ਗੁੰਬਦ ਸੀ ਡਿਉੜੀ ਦੇ ਉਹ ਢਾਏ ਗਏ ਨੇ, ਜਿਹੜੀਆਂ ਤਸਵੀਰਾਂ ਸਾਨੂੰ ਮਿਲੀਆਂ ਨੇ ਉਹਨਾਂ ਦੇ ਵਿੱਚ ਉੱਪਰਲੇ ਗੁੰਬਦ ਢਾਏ ਗਏ ਨੇ। ਉਹ ਗੁੰਬਦ ਢਾਉਣੇ ਵੀ ਜਿਹੜੇ ਨੇ ਉਹ ਅੱਤ ਦੁਖਦਾਈ ਆ, ਦਰਦਨਾਕ ਆ। ਇਹਦੇ ਨਾਲ ਸਾਨੂੰ ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਬਹੁਤ ਸਾਰੇ ਵਿਵਾਦਾਂ ਦਾ ਸਾਹਮਣਾ ਕਰਨਾ ਪਏਗਾ। ਮਾਨਯੋਗ ਪ੍ਰਧਾਨ ਸਾਹਿਬ ਵੀ ਉਚੇਚੇ ਤੌਰ 'ਤੇ ਤਰਨ ਤਾਰਨ ਪਹੁੰਚ ਚੁੱਕੇ ਨੇ। ਇਸ ਕਰਕੇ
ਕਿ ਤਾਂ ਕਿ ਇਹ ਮਾਮਲੇ ਗੰਭੀਰ ਮਾਮਲੇ ਨੂੰ ਕੋਈ ਅੰਤਮ ਅੰਜਾਮ ਦਿੱਤਾ ਜਾ ਸਕੇ। ਮੈਂ ਇਹ ਤੇ ਬਾਅਦ ਚ ਫੈਸਲਾ ਲਿਆ ਜਾਏਗਾ ਨਾ, ਕਿਉਂਕਿ ਆਪਾਂ ਪੜਤਾਲ ਕਰਵਾ ਰਹੇ ਹਾਂ। ਠੀਕ ਆ, ਮਾਨਯੋਗ ਪ੍ਰਧਾਨ ਸਾਹਿਬ ਵੀ ਉੱਥੇ ਉਚੇਚੇ ਤੌਰ ਤੇ ਪਹੁੰਚ ਗਏ ਨੇ, ਅਸੀਂ ਉੱਥੇ ਜਾ ਰਹੇ ਹਾਂ। ਇਸ ਕਰਕੇ ਅਸੀਂ ਉਸ ਵੇਲੇ ਤੱਕ ਕੁਛ ਨਹੀਂ ਕਹਿ ਸਕਦੇ ਜਿੰਨੀ ਦੇਰ ਤੱਕ ਆਪ ਖੁਦ ਜਾ ਕੇ ਉਹ ਮੌਕਾ ਨਹੀਂ ਦੇਖ ਲੈਂਦੇ, ਪੜਤਾਲ ਨਹੀਂ ਕਰਵਾ ਲੈਂਦੇ, ਤੇ ਜਿਹੜਾ ਵੀ ਦੋਸ਼ੀ ਹੋਏਗਾ ਉਹਨੂੰ ਸਖ਼ਤ ਸਜ਼ਾ ਦੇ।